ਮੇਰੇ ਜਿਹੜੇ ਘਰ ਦੇ ਨੇ ਨਾ ਉਹਨਾਂ ਨੇ ਆ ਕੇ ਇਹਨਾਂ ਨੂੰ ਕੁੱਟਿਆ ਬਹੁਤ। ਕੀ ਕਾਰਨ ਕੀ ਹੈ ਕੁੱਟਣ ਦਾ? ਕੁੱਟਣ ਦਾ ਕਾਰਨ ਇਹ ਸੀਗਾ ਵੀ ਪਹਿਲਾਂ ਅਸੀਂ ਬਾਹਰ ਚਲੇ, ਮੇਰਾ ਘਰ ਦਾ ਮੈਨੂੰ ਤੰਗ ਕਰਦਾ ਸੀ ਨਾ ਪਰ, ਤੇ ਅਸੀਂ ਬਾਹਰ ਚਲੇ ਗਏ ਸੀਗੇ ਤੇ ਉਹਨਾਂ ਨੇ ਮਿਸਿੰਗ ਦੀ ਰਿਪੋਰਟ ਲਿਖਾਤੀ ਸੀਗੀ ਤਾਂ ਵਾਪਸ ਆ ਗਈ ਸੀਗੀ, ਤੇ ਫਿਰ ਮੈਂ ਇਹਨਾਂ ਦੇ ਨਾਲ, ਇਹਨਾਂ ਨੇ ਮੇਰਾ ਸਾਥ ਦਿੱਤਾ ਬਹੁਤ, ਮਤਲਬ ਕਿ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਆ ਕੇ ਇਹਨਾਂ ਨੂੰ ਬਹੁਤ ਕੁੱਟਿਆ। ਅੱਛਾ, ਮੈਨੂੰ ਵੀ ਕੁੱਟਿਆ ਤੇ ਇਹਨਾਂ ਨੂੰ ਵੀ ਕੁੱਟਿਆ। ਤੇ ਘਰਲੇ ਦਾ ਕੀ ਨਾਮ ਸੀਗਾ? ਘਰਲੇ ਦਾ ਰਣਜੀਤ ਸਿੰਘ। ਕਿੰਨੇ ਕੁ ਟਾਈਮ ਤੋਂ ਤੁਹਾਡੇ ਨਾਲ ਰਹਿ ਰਹੇ ਨੇ? ਹੋ ਗਏ ਦੋ ਕੁ ਮਹੀਨੇ, ਡੇਢ ਦੋ ਮਹੀਨੇ ਹੋ ਗਏ। ਡੇਢ ਦੋ ਮਹੀਨੇ ਹੋ ਗਏ। ਕਿਹੜੇ ਇਲਾਕੇ ਦੇ ਹੋ ਤੁਸੀਂ? ਮੈਂ ਤਾਂ ਦਰਾਜ ਦੀ ਹਾਂ। ਤੇ ਇਹ ਕੌਣ, ਇਹ ਕਿਹੜੇ ਇਲਾਕੇ? ਬਠਿੰਡੇ ਦੇ। ਮੇਰੇ ਫਰੈਂਡ ਨੇ, ਫਰੈਂਡ ਨੇ ਨਾ ਮੇਰੇ। ਅੱਛਾ, ਫਰੈਂਡ ਨੇ ਤੁਹਾਡੇ। ਮਿਲੇ ਕਿੱਦਾਂ ਤੁਹਾਨੂੰ ਇੱਥੇ? ਨਹੀਂ, ਅਸੀਂ ਇਕੱਠੇ ਬਾਹਰ ਗਏ ਸੀ। ਅੱਛਾ, ਇਕੱਠੇ ਬਾਹਰ ਗਏ ਸੀਗੇ। ਕਿਹੜੀ ਜਗ੍ਹਾ ਤੇ ਗਏ ਸੀਗੇ? ਅਸੀਂ ਮਲੇਸ਼ੀਆ ਗਏ ਸੀ। ਮਲੇਸ਼ੀਆ ਗਏ ਸੀਗੇ। ਤੇ ਹੁਣ ਇੱਥੇ ਵਾਪਸ ਕਿੱਦਾਂ ਆਣਾ ਆਇਆ? ਵਾਪਸ ਤਾਂ ਆ ਗਏ ਸੀ, ਉਹਨੇ ਮਿਸਿੰਗ ਰਿਪੋਰਟ ਲਿਖਾਤੀ ਸੀ, ਫਿਰ ਏਅਰਪੋਰਟ ਤੇ ਵਾਪਸ ਭੇਜਤਾ ਸੀ ਉਹਨੂੰ। ਅੱਛਾ, ਤਾਂ ਕਰਕੇ ਵਾਪਸ ਆ ਗਏ ਸੀ ਤੇ ਫਿਰ ਇੱਥੇ ਆ ਕੇ ਰੈਂਟ ਤੇ ਲੈ ਲਿਆ ਸੀਗਾ। ਅੱਛਾ, ਅੱਜ ਕੀ ਹੋਇਆ? ਅੱਜ ਅਸੀਂ ਕੰਮ ਤੋਂ ਆਏ ਸੀਗੇ, ਸਾਨੂੰ ਪਤਾ ਨਹੀਂ ਸੀਗਾ ਵੀ ਕੀ ਹੋਇਆ ਕੀ ਨਹੀਂ, ਤੇ ਆ ਕੇ ਉਹਨਾਂ ਨੇ ਜਦ ਅਸੀਂ ਆ ਕੇ ਜੇ ਲੋਕ ਖੋਲਿਆ ਤਾਂ ਉਹਨਾਂ ਨੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ। ਅੱਛਾ, ਬਿਨਾਂ ਵਜ੍ਹਾ ਹੀ ਕੁੱਟਣਾ ਸ਼ੁਰੂ ਕਰਤਾ? ਹਾਂ, ਵੀ ਮੈਂ ਕਿਉਂ ਇੰਨਾ ਰਹਿ ਰਹੀ ਹਾਂ ਜਾਂ ਵੀ ਕੀ ਹੈ, ਤਾਂ ਕੁੱਟਣਾ ਸ਼ੁਰੂ ਕਰਤਾ। ਇਹਨੇ ਮੇਰਾ ਸਾਥ ਤੋਂ, ਮੇਰਾ ਸਾਥ ਨਹੀਂ ਦਿੰਦਾ ਸੀ, ਤਾਂ ਕਰਕੇ ਉਹਨਾਂ ਨੇ ਮੈਨੂੰ ਵੀ ਕੁੱਟਿਆ ਤੇ ਇਹਨਾਂ ਨੂੰ ਵੀ ਬਹੁਤ ਕੁੱਟਿਆ। ਇਹਨਾਂ ਸਿਰ ਚੜਾੜੇ ਵੀ ਮਾਰੀ, ਲੱਤਾਂ ਤੇ ਵੀ ਮਾਰੀਆਂ, ਮੇਰੇ ਵੀ ਮਾਰੀਆਂ। ਕੋਈ ਬੱਚਾ ਵਗੈਰਾ ਵੀ? ਮੇਰਾ ਇੱਕ ਬੇਟਾ ਹੈ, ਉਹ ਹਸਬੰਦ ਦੇ ਕੋਲ। ਉਹ ਕਿੱਥੇ ਰਹਿੰਦਾ? ਉਹ ਹਸਬੰਦ ਦੇ ਕੋਲ। ਅੱਛਾ, ਤੇ ਹਸਬੰਦ ਕਿੱਥੇ ਰਹਿਣ ਵਾਲੇ? ਉਹ ਦਰਾਜੇ ਦੇ। ਕਿੱਥੇ? ਦਰਾਜੇ ਦੇ। ਠੀਕ ਹੈ। ਇਹ ਕੁੱਟਮਾਰ ਜਿਹੜੀ ਹੋਈ ਹੈ, ਕਿੰਨੇ ਕੁ ਜਾਣੇ ਆਏ ਸੀਗੇ ਤੁਹਾਡੇ ਨਾਲ ਕੁੱਟਮਾਰ ਕਰਨ ਲਈ? ਕਿਸ ਚੀਜ਼ ਨਾਲ ਕੁੱਟਣਾ ਸ਼ੁਰੂ ਕੀਤਾ ਤੁਹਾਨੂੰ? ਉਹਨਾਂ ਕੋਲ ਰਾੜ ਸੀਗੀ, ਅਸੀਂ ਪਤਾ ਨੀ ਕੀ ਸੀਗਾ। ਮੇਰੇ ਵੀ ਬਹੁਤ ਮਾਰੇ, ਚਪੇੜਾਂ ਵੀ ਮਾਰੀਆਂ, ਸਿਰ ਤੇ ਵੀ ਮਾਰਿਆ ਮੇਰੇ, ਇਹਨਾਂ ਨੇ ਵੀ ਸੱਬਾ ਸੁੱਪਾ ਮਾਰਿਆ। ਕਿੰਨੇ ਵਜੇ ਦੀ ਗੱਲ ਹੈ? 8:30 ਵਜੇ ਦੀ ਗੱਲ ਹੈ, ਕੰਮ ਤੋਂ ਆ ਰਹੀ ਸੀ। ਅੱਛਾ, ਲੁਧਿਆਣੇ ਦੇ ਵਿੱਚ ਇਹ ਗੱਲਬਾਤ ਹੋਈ ਹੈ? ਅੱਛਾ, ਕਿਹੜੇ ਇਲਾਕੇ ਦੇ ਵਿੱਚ ਗੱਲਬਾਤ ਹੋਈ ਹੈ? ਸੋਹਣੀ ਬਿਲਡਿੰਗ ਚੌਂਕ ਚ। ਕੋਈ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ? ਅੱਛਾ, ਤੇ ਹੁਣ ਤੁਸੀਂ ਸਿਵਲ ਹਸਪਤਾਲ ਆਏ ਹੋ, ਕੀ ਕਾਰਨ ਕੀ ਹੈ ਇੱਥੇ ਆਉਣ ਦਾ? ਇਹਨਾਂ ਦੇ ਇਲਾਜ ਕਰਾਉਣ ਦੇ ਪਰਚਾ ਕਰਵਾਉਣਾ ਸੀ। ਅੱਛਾ, ਪਰਚਾ ਕਰਾਉਣਾ ਜੀ। ਤੇ ਪ੍ਰਸ਼ਾਸਨ ਤੋਂ ਕੋਈ ਮੰਗ ਕੀਤੀ? ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕੀਤੀ, ਬਸ ਇਹੀ ਕਰਦੇ ਆ ਵੀ ਹਾਂ ਵੀ ਸਾਡੀ ਸੇਫਟੀ ਰੱਖੀ ਜਾਵੇ, ਵੀ ਉਹਨਾਂ ਤੋਂ ਸਾਨੂੰ ਖਤਰਾ ਆਇਆ। ਮੈਰਿਡ ਨਹੀਂ? ਅਨਮੈਰਿਡ ਨਹੀਂ। ਤੇ ਤੁਹਾਡੇ ਕਿੰਨੇ ਬੱਚੇ? ਮੇਰਾ ਇੱਕ ਬੇਟਾ ਹੈ। ਠੀਕ ਹੈ, ਤੇ ਹੁਣ ਤੁਸੀਂ ਬੇਟੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ? ਨਹੀਂ ਨਹੀਂ, ਹਸਬੰਦ ਦੇ ਨਾਲ। ਠੀਕ ਹੈ। ਮੇਰੇ ਜਿਹੜੇ ਘਰਦੇ ਨੇ ਨਾ ਉਹਨਾਂ ਨੇ ਆ ਕੇ ਇਹਨਾਂ ਨੂੰ ਕੁੱਟਿਆ ਬਹੁਤ। ਕੀ ਕਾਰਨ ਕੀ ਹੈ ਕੁੱਟਣ ਦਾ? ਕੁੱਟਣ ਦਾ ਕਾਰਨ ਇਹ ਸੀਗਾ ਵੀ ਪਹਿਲਾਂ ਅਸੀਂ ਬਾਹਰ ਚਲੇ, ਮੇਰਾ ਘਰਦਾ ਮੈਨੂੰ ਤੰਗ ਕਰਦਾ ਸੀ ਨਾ ਪਹਿਲਾਂ, ਤੇ ਅਸੀਂ ਬਾਹਰ ਚਲੇ ਗਏ ਸੀਗੇ ਤੇ ਉਹਨਾਂ ਨੇ ਮਿਸਿੰਗ ਦੀ ਰਿਪੋਰਟ ਲਿਖਾਤੀ ਸੀਗੀ ਤਾਂ ਵਾਪਸ ਆ ਗਈ ਸੀਗੀ, ਤੇ ਫਿਰ ਮੈਂ ਇਹਨਾਂ ਦੇ ਨਾਲ, ਇਹਨਾਂ ਨੇ ਮੇਰਾ ਸਾਥ ਦਿੱਤਾ ਬਹੁਤ, ਮਤਲਬ ਕਿ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਆ ਕੇ ਇਹਨਾਂ ਨੂੰ ਬਹੁਤ ਕੁੱਟਿਆ। ਅੱਛਾ, ਮੈਨੂੰ ਵੀ ਕੁੱਟਿਆ ਤੇ ਇਹਨਾਂ ਨੂੰ ਵੀ ਕੁੱਟਿਆ। ਤੇ ਘਰਲੇ ਦਾ ਕੀ ਨਾਮ ਸੀਗਾ? ਘਰਲੇ ਦਾ ਰਣਜੀਤ ਸਿੰਘ। ਕਿੰਨੇ ਕੁ ਟਾਈਮ ਤੋਂ ਤੁਹਾਡੇ ਨਾਲ ਰਹਿ ਰਹੇ ਨੇ? ਹੋ ਗਏ ਦੋ ਕੁ ਮਹੀਨੇ, ਡੇਢ ਦੋ ਮਹੀਨੇ ਹੋ ਗਏ। ਡੇਢ ਦੋ ਮਹੀਨੇ ਹੋ ਗਏ। ਕਿਹੜੇ ਇਲਾਕੇ ਦੇ ਹੋ ਤੁਸੀਂ? ਮੈਂ ਤਾਂ ਦਰਾਜ ਦੀ ਹਾਂ। ਤੇ ਇਹ ਕੌਣ, ਇਹ ਕਿਹੜੇ ਇਲਾਕੇ? ਬਠਿੰਡੇ ਦੇ। ਮੇਰੇ ਫਰੈਂਡ ਨੇ, ਫਰੈਂਡ ਨੇ ਨਾ ਮੇਰੇ। ਅੱਛਾ, ਫਰੈਂਡ ਨੇ ਤੁਹਾਡੇ। ਮਿਲੇ ਕਿੱਦਾਂ ਤੁਹਾਨੂੰ ਇੱਥੇ? ਨਹੀਂ, ਅਸੀਂ ਇਕੱਠੇ ਬਾਹਰ ਗਏ ਸੀ। ਅੱਛਾ, ਇਕੱਠੇ ਬਾਹਰ ਗਏ ਸੀਗੇ। ਕਿਹੜੀ ਜਗ੍ਹਾ ਤੇ ਗਏ ਸੀਗੇ? ਅਸੀਂ ਮਲੇਸ਼ੀਆ ਗਏ ਸੀ। ਮਲੇਸ਼ੀਆ ਗਏ ਸੀਗੇ। ਤੇ ਹੁਣ ਇੱਥੇ ਵਾਪਸ ਕਿੱਦਾਂ ਆਣਾ ਆਇਆ? ਵਾਪਸ ਤਾਂ ਆ ਗਏ ਸੀ, ਉਹਨੇ ਮਿਸਿੰਗ ਰਿਪੋਰਟ ਲਿਖਾਤੀ ਸੀ, ਫਿਰ ਏਅਰਪੋਰਟ ਤੇ ਵਾਪਸ ਭੇਜਤਾ ਸੀ ਉਹਨੂੰ। ਅੱਛਾ, ਤਾਂ ਕਰਕੇ ਵਾਪਸ ਆ ਗਏ ਸੀ ਤੇ ਫਿਰ ਇੱਥੇ ਆ ਕੇ ਰੈਂਟ ਤੇ ਲੈ ਲਿਆ ਸੀਗਾ। ਅੱਛਾ, ਅੱਜ ਕੀ ਹੋਇਆ? ਅੱਜ ਅਸੀਂ ਕੰਮ ਤੋਂ ਆਏ ਸੀਗੇ, ਸਾਨੂੰ ਪਤਾ ਨਹੀਂ ਸੀਗਾ ਵੀ ਕੀ ਹੋਇਆ ਕੀ ਨਹੀਂ, ਤੇ ਆ ਕੇ ਉਹਨਾਂ ਨੇ ਜਦ ਅਸੀਂ ਆ ਕੇ ਜੇ ਲੋਕ ਖੋਲਿਆ ਤਾਂ ਉਹਨਾਂ ਨੇ ਆ ਕੇ ਸਾਨੂੰ ਕੁੱਟਣਾ ਸ਼ੁਰੂ ਕਰਤਾ। ਅੱਛਾ, ਬਿਨਾਂ ਵਜ੍ਹਾ ਹੀ ਕੁੱਟਣਾ ਸ਼ੁਰੂ ਕਰਤਾ? ਹਾਂ, ਵੀ ਮੈਂ ਕਿਉਂ ਇੰਨਾ ਰਹਿ ਰਹੀ ਹਾਂ ਜਾਂ ਵੀ ਕੀ ਹੈ,
ਤਾਂ ਕੁੱਟਣਾ ਸ਼ੁਰੂ ਕਰਤਾ ਇਹਨੇ ਮੇਰਾ ਸਾਥ ਤੋਂ ਮੇਰਾ ਸਾਥ ਨਹੀਂ ਦਿੰਦਾ ਸੀ ਤਾਂ ਕਰਕੇ ਉਹਨਾਂ ਨੇ ਮੈਨੂੰ ਵੀ ਕੁੱਟਿਆ ਤੇ ਇਹਨਾਂ ਨੂੰ ਵੀ ਬਹੁਤ ਕੁੱਟਿਆ ਮੇਰੇ ਸਿਰ ਚੜਾੜੇ ਵੀ ਮਾਰੀ ਲੱਤਾਂ ਤੇ ਵੀ ਮਾਰੀਆਂ ਕੁੱਟਮਾਰ ਜਿਹੜੀ ਹੋਈ ਹੈ ਕਿੰਨੇ ਕੁ ਜਾਣੇ ਆਏ ਸੀਗੇ ਤੁਹਾਡੇ ਨਾਲ ਕੁੱਟਮਾਰ ਕਰਨ ਲਈ ਕਿਸ ਚੀਜ਼ ਨਾਲ ਕੁੱਟਣਾ ਸ਼ੁਰੂ ਕੀਤਾ ਤੁਹਾਨੂੰ ਉਹਨਾਂ ਕੋਲ ਰਾੜ ਸੀਗੀ ਬਸ ਪਤਾ ਨੀ ਕੀ ਸੀਗਾ ਮੇਰੇ ਵੀ ਬਹੁਤ ਮਾਰੇ ਚਪੇੜ ਵੀ ਮਾਰਿਆ ਸਿਰ ਤੇ ਵੀ ਮਾਰਿਆ ਇਹਨਾਂ ਦੇ ਵੀ ਸੱਬਾ ਸੁੱਬ ਮਾਰਿਆ ਕਿੰਨੇ ਵਜੇ ਦੀ ਗੱਲ ਹੈ ਸਾਢੇ ਕੁ ਵਜੇ ਦੀ ਗੱਲ ਹੈ ਕੰਮ ਤੋਂ ਆ ਰਹੀ ਸੀ ਅੱਛਾ ਲੁਧਿਆਣੇ ਦੇ ਵਿੱਚ ਇਹ ਗੱਲਬਾਤ ਹੋਈ ਹੈ ਪ੍ਰਸ਼ਾਸਨ ਤੋਂ ਕੋਈ ਮੰਗ ਕੀਤੀ ਤੁਸੀਂ ਬੇਟੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਨਹੀਂ ਹਸਬੈਂਡ ਦੇ ਨਾਲ ਠੀਕ ਹੈ